ਹਾਂ ਕਿਵੇਂ? ਹੈਲੋ, ਇੱਧਰ ਵੀ ਧਿਆਨ ਮਾਰ, ਗੁੰਮ ਹੀ ਹੋ ਗਈ ਉਹਨਾਂ ਦੇ ਵਿੱਚ। ਭੁੱਖ ਲੱਗੀ ਖੜੀ ਹੈਗੀ ਹੈ ਤਾਂ ਕਰਕੇ। ਭੁੱਖ ਲੱਗੀ ਖੜੀ ਹੈ। ਹਾਂ ਕਿਵੇਂ ਅੱਜ ਲੱਗੇ? ਤੁਸੀਂ ਵੀ ਵਧੀਆ ਖਾ ਨੇ? ਲਓ ਸਾਰੇ। ਤੁਸੀਂ ਡੈਡੀ ਹੋਰ ਟੇਸਟੀ ਨਹੀਂ? ਮੈਂ ਵੀ ਖਾਣਾ, ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ, ਪਰ ਲੈ ਤਾਂ ਠੀਕ ਆ। ਜੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਰਾਮ ਰਾਮ। ਅਤੇ ਇੱਧਰ ਫਰਮਾਇਆ ਜਾ ਰਿਹਾ ਆਰਾਮ, ਕਿਉਂਕਿ ਤਬੀਅਤ ਖਰਾਬ ਹੈ ਇਹਨਾਂ ਦੀ। ਦੇਖਦੇ ਹਾਂ ਅੱਜ ਕਿਵੇਂ ਬਣਦਾ ਵਲੌਗ। ਹੈਲੋ, ਆ ਲੈ, ਹੱਥ ਵੀ ਹੌਲੀ ਹੌਲੀ ਹਲਦਾ ਹੈ। ਹਾਂਜੀ ਹਾਂ, ਅੱਜ ਸਾਡੀ ਛੁੱਟੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਅੱਜ ਫਰਮਾਇਸ਼ਾਂ ਹੋ ਰਹੀਆਂ ਨੇ, ਮੇਰੀ ਹੋ ਰਹੀ ਹੈ ਤਬੀਅਤ ਖਰਾਬ। ਅਤੇ ਕੀ ਖਾਣਾ ਹੈ? ਛੋਲੇ ਭਟੂਰੇ। ਉਹ ਤੁਹਾਡਾ ਛੋਲੇ ਭਟੂਰੇ ਮੰਗਦੇ ਪਏ ਨੇ ਬਾਈ। ਹਰਮਨ ਕਿੱਥੇ ਹੈ? ਸੰਗੂਟੀ ਹੋ ਰਹੀ ਹੈ ਤਿਆਰ ਛੋਲੇ ਭਟੂਰੇ ਲੈਣ ਵਾਸਤੇ? ਛੋਲੇ ਭਟੂਰੇ ਲੈਣੇ ਨੇ, ਮੰਗੀ ਆਉਂਦੇ ਨੇ। ਅੱਛਾ, ਹੈਲੋ, ਲੈ ਆਉਣੇ ਆ, ਕੋਈ ਗੱਲ ਨਹੀਂ, ਆਓ। ਮੰਮੀ ਤੂੰ ਕੀ ਖਾਣਾ ਹੈ? ਹੈ ਮਨਜੀਤ ਨੇ, ਮਨਜੀਤ ਨੇ। ਹਾਂ ਆਹ ਵੇਖੋ, ਗੁੜੀਆ ਸਾਡੀ ਬਿਮਾਰ ਰਹਿੰਦੀ ਹੈਗੀ ਜ਼ਿਆਦਾ ਹੀ। ਤੁਸੀਂ ਬਹੁਤ ਕਹਿੰਦੇ ਹੋ ਉਹਨਾਂ ਨੂੰ, ਸਾਹਮਣੇ ਲਿਆਂਦਾ ਕਰੋ, ਸਾਹਮਣੇ ਲਿਆਂਦਾ ਕਰੋ। ਆਹ ਦੇਖੋ ਬਿਮਾਰ ਹੈ ਜੀ, ਮਾਤਾ ਵੀ ਸਾਡੀ ਬਿਮਾਰ ਹੀ ਰਹਿੰਦੀ ਹੈ ਜੀ, ਇਹ ਕੁਛ ਜ਼ਿਆਦਾ ਬਿਮਾਰ ਰਹਿੰਦੇ ਨੇ, ਤਾਂ ਕਰਕੇ ਅਸੀਂ ਸਾਹਮਣੇ ਲਿਆਂਦੇ। ਦਿਲ 'ਤੇ ਥੋੜ੍ਹਾ ਜਿਹਾ ਫੀਲ ਹੁੰਦਾ ਵੀ ਮੈਨੂੰ ਵਿਖਾਉਂਦੇ ਨੇ। ਨਹੀਂ ਵਿਖਾਉਂਦੇ ਨਹੀਂ, ਉਹ ਨਾ ਅੰਦਰ ਪਏ ਹੁੰਦੇ ਨੇ ਕਈ ਵਾਰ, ਤੇ ਦਰਦ ਜ਼ਿਆਦਾ, ਪੇਟ ਦਰਦ ਜ਼ਿਆਦਾ ਹੁੰਦਾ ਹੈ, ਸਿਰ ਦਰਦ ਜ਼ਿਆਦਾ ਹੁੰਦਾ ਹੈ, ਤਾਂ ਕਰਕੇ ਅਸੀਂ ਜ਼ਿਆਦਾ ਸਾਹਮਣੇ ਵੀ ਇਸ ਕਰਕੇ ਜਿਵੇਂ ਅਸੀਂ ਬੋਲਦੇ ਹਾਂ ਕਿਸ ਤਰ੍ਹਾਂ ਨਾ, ਤਾਂ ਉਹ ਦਿਮਾਗ ਤੇ ਸਿਰ ਦਰਦ ਜ਼ਿਆਦਾ ਹੁੰਦਾ ਹੈ ਫਿਰ ਉਹਨਾਂ ਦਾ, ਤਾਂ ਕਰਕੇ ਦਿੱਕਤ ਹੋ ਜਾਂਦੀ ਹੈਗੀ। ਚਲੋ ਵਾਹਿਗੁਰੂ ਮੇਰਾ ਰੱਖੇ। ਹਾਂ ਸੱਚੇ ਪਾਤਸ਼ਾਹ, ਜਦੋਂ ਸਾਹ ਅਸੀਂ ਲਿਆਉਣਾ ਹੁੰਦਾ ਉਸ ਰੇਟ ਸਾਹਮਣੇ ਲੈ ਵੀ ਆਉਂਦੇ ਹੈਗੇ। ਹਾਂ ਚਲੋ ਕੋਈ ਨਾ, ਅੱਗੇ ਤੋਂ ਲਿਆਇਆ ਕਰਾਂਗੇ ਇਹਨਾਂ ਨੂੰ, ਨਾਲ ਬਿਠਾ ਲਿਆ ਕਰਾਂਗੇ, ਬਹਿ ਜਾ ਕਰਨਗੇ ਚੱਲ, ਹੋਰ ਨਹੀਂ ਤਾਂ ਹੈ ਨਾ। ਚਲੋ ਮਾਤਾ ਵੀ ਥੋੜ੍ਹੀ ਦਿੱਕਤ 'ਚ ਰਹਿੰਦੀ ਹੈ ਤਾਂ ਕਰਕੇ। ਹਾਂ ਚਲੋ, ਇਹਦਾ ਦੁੱਖ ਸੁੱਖ ਸਰੀਰ ਦੇ ਨਾਲ ਚੱਲਦੇ ਆਏ ਨੇ। ਚੱਲ ਠੀਕ ਆ, ਹੁਣ ਤੁਸੀਂ ਛੋਲੇ ਭਟੂਰੇ ਖਾਣੇ ਨੇ? ਚਲੋ ਠੀਕ ਆ, ਮੈਂ ਲੈਣਾ। ਮੰਮੀ ਤੂੰ ਵੀ ਖਾਵੇਂਗੀ? ਮੰਮੀ ਕੋਲ ਚੱਬੇ ਹੀ ਨਹੀਂ ਜਾਣੇ, ਚੱਬ ਲੈਗੀ, ਕੁਛ ਨਹੀਂ ਹੁੰਦਾ। ਮੰਮੀ ਆਏ ਤੱਕ ਡੈਡੀ ਕਿਉਂ ਨਹੀਂ ਆਏ? ਚਲੋ ਭੁੱਖ ਲੱਗੀ ਹੋਈ ਹੈ, ਜਲਦੀ ਉਹਨਾਂ ਨੂੰ ਫੋਨ ਕਰੋ ਨਾ। ਕਦੋਂ ਤੱਕ ਕਹਿ ਕੇ ਗਏ ਹੋਏ ਸੀ? ਉਹਨੇ ਤੱਕ ਨਹੀਂ ਆਏ। ਹੋਰ ਕੀ, ਫੋਨ ਕਰੋ, ਜਲਦੀ ਕਰੋ, ਲੈ ਫੋਨ ਦਿਓ ਮੈਨੂੰ, ਮੈਂ ਫੋਨ ਕਰਦਾ, ਮੇਰੇ ਜਲਦੀ ਫੋਨ ਦਿਓ, ਮੈਂ ਕਰਦਾ। ਪੇਟ ਚ ਕਬੱਡੀ ਖੇਲੀ ਜਾਂਦੇ ਨੇ, ਦੇਖੋ ਤੇਰੇ ਚ ਕਬੱਡੀ ਖੇਡੀ ਜਾਂਦੇ ਹੋਣਗੇ, ਮੇਰੇ ਚ ਕ੍ਰਿਕਟ ਖੇਡਦੇ। ਮੈਂ ਕਿਹੜਾ ਸਵੇਰੇ ਤੋਂ ਕੁਛ ਖਾਧਾ ਹੈ? ਕੁਛ ਨਹੀਂ ਖਾਧਾ। ਔਰ ਅੱਜ ਤਬੀਅਤ ਖਰਾਬ ਹੋਈ ਪਈ, ਮੇਰੀ ਕਮਰ ਬਹੁਤ ਜ਼ਿਆਦਾ ਦਰਦ ਹੋ ਜਾਂਦੀ। ਹੁਣ ਦਵਾਈ ਲਿੱਤੀ? ਲਿੱਤੀ ਤਾਂ ਹੈਗੀ, ਫਿਰ ਵੀ ਨਹੀਂ ਆਰਾਮ ਆਇਆ। ਅੱਛਾ, ਹੁਣ ਡੈਡੀ ਨੂੰ ਫੋਨ ਕਰਦੇ। ਹੈਲੋ ਡੈਡੀ ਜੀ, ਕਿਹਦੇ ਹੋ? ਕਿੰਨੀ ਦੇਰ ਹੋ ਗਈ ਆਏ ਕਿਉਂ ਨਹੀਂ? ਥੋੜੀ ਦੇਰ ਕੀ ਥੋੜੀ ਦੇਰ? ਚਲੋ ਚਲੋ ਠੀਕ ਹੈ, ਹੁਣ ਆਉਂਦੇ ਪਏ ਨੇ। ਹਾਂਜੀ ਡੈਡੀ ਜੀ ਆ ਗਏ ਲੈ ਕੇ। ਕਿੰਨੀ ਦੇਰ ਬਾਅਦ ਆਏ ਨੇ, ਹੁਣ ਖਾਵਾਂਗੇ ਆਪਾਂ ਛੋਲੇ ਭਟੂਰੇ। ਉਹ ਆ ਗਏ, ਆ ਗਏ। ਇੰਨੀ ਦੇਰ ਕਿਉਂ ਲੱਗ ਗਈ? ਇੰਨੀ ਦੇਰ ਕਿਉਂ ਲੱਗ ਗਈ? ਲੱਗ ਗਿਆ ਟਾਈਮ, ਉੱਥੇ ਭੀੜ ਸੀ। ਅੱਛਾ ਹੁਣ ਲਿਆ? ਚਲੋ ਠੀਕ ਹੈ। ਹਾਂਜੀ ਮੰਮੀ, ਛੋਲੇ ਭਟੂਰੇ ਪਾਈ ਜਾਂਦੇ ਨੇ, ਛੋਲੇ ਭਟੂਰੇ ਪਾਈ ਜਾਂਦੀ ਹਾਂ ਮੈਂ। ਹਾਂਜੀ ਆ ਦੇਖੋ, ਆਪੇ ਲੈ ਆਏ ਨੇ ਛੋਲੇ ਭਟੂਰੇ, ਹਜੇ ਤਾਂ ਗਰਮ ਗਰਮ ਹੈਗੇ ਨੇ, ਤੇ ਆ ਜਾਓ ਖਾ ਲਓ ਤੁਸੀਂ। ਲਓ ਜੀ, ਛੋਲੇ ਭਟੂਰੇ ਲੱਗ ਚੁੱਕੇ ਨੇ, ਠੀਕ ਹੈ, ਅਤੇ ਹੁਣ ਇਹਨਾਂ ਨੂੰ ਖਾਣ ਦੀ ਤਿਆਰੀ ਹੈ। ਖਾਂਦੇ ਹਾਂ, ਖਾ ਕੇ ਦੱਸਾਂਗੇ ਕਿਵੇਂ, ਠੀਕ ਹੈ। ਆਹ ਦੋ ਨਾਨ ਰੋਟੀਆਂ ਲਿਆਂਦੀਆਂ ਨੇ, ਇਹ ਤੁਹਾਡੀ ਦਾਦੀ ਵਾਸਤੇ ਲੈਣੀ, ਠੀਕ ਹੈ, ਮੰਮੀ ਵਾਸਤੇ ਨੇ, ਠੀਕ ਹੈ, ਉਹ ਚੱਬੀਆਂ ਨਹੀਂ ਜਾਂਦੇ ਹੁਣ ਤੋਂ। ਅੱਜ ਮਨਜੀਤ ਵੀ ਨਾਲ ਖਾਵੇਗੀ। ਇੱਧਰ ਮਨਜੀਤ ਖਾਵੇਂਗੀ ਨਾ? ਹੈ ਕੀ ਹੁੰਦਾ? ਖਾਵੇਗੀ, ਖਾਣਾ ਹੈ, ਠੀਕ ਹੈ, ਇਕੱਠੇ ਬਹਿ ਖਾਵਾਂਗੇ। ਇੱਧਰ ਚਲੋ ਬੈਠ, ਤੂੰ ਵੀ ਇੱਧਰ, ਮੰਮੀ ਜੀ ਬੈਠੇ ਨੇ। ਚਲੋ ਸਾਰੇ ਜੀ ਖਾਂਦੇ ਪਏ ਹੈਗੇ, ਡੈਡੀ ਦੀ ਕਮੀ ਹੈਗੀ, ਡੈਡੀ ਦੀ ਕਮੀ ਹੈ, ਡੈਡੀ ਜੀ ਹੈ ਨਹੀਂ, ਉਹ ਡੇਰਾ ਸਾਹਿਬ ਗਏ ਹੋਏ ਨੇ, ਸਾਡੀ ਫੈਮਿਲੀ ਪੂਰੀ ਹੋ ਜਾਵੇਗੀ, ਫਿਰ ਇੱਕ ਦਿਨ ਫਿਰ ਅਸੀਂ ਬਣਾਵਾਂਗੇ। ਹਾਂ ਇੱਕ ਦਿਨ ਡੈਡੀ ਨਾਲ ਵੀ ਬਣਾਵਾਂਗੇ,
ਬਾਕੀ ਡੈਡੀ ਇਹ ਚੀਜ਼ਾਂ ਨਾ ਖਾਂਦਾ ਨਹੀਂ ਉਹ ਕਹਿੰਦਾ ਤੁਸੀਂ ਘੱਟ ਕਰਿਆ ਕਰੋ ਹੋਰ ਕੀ ਹੈ ਉਹ ਵੈਸੇ ਹੀ ਗੁੱਸੇ ਹੋ ਜਾਣਗੇ ਉਹ ਘਰੇ ਹੁੰਦੇ ਨੇ ਤਾਂ ਫਿਰ ਅਸੀਂ ਘੱਟ ਹੀ ਲਿਆਵੀਗਾ ਕਿ ਉਹ ਲੜ ਪੈਂਦਾ ਫਿਰ ਕਹਿੰਦਾ ਤੁਸੀਂ ਤਲਾ ਹੋਇਆ ਖਾਂਦੇ ਜ਼ਿਆਦੇ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਰੱਖਣ ਜੀ ਹਾਂ ਕਿਵੇਂ ਹੈਲੋ ਇੱਧਰ ਵੀ ਧਿਆਨ ਮਾਰ ਗੁੰਮ ਹੀ ਹੋ ਗਈ ਉਹਨਾਂ ਦੇ ਵਿੱਚ ਭੁੱਖ ਲੱਗੀ ਖੜੀ ਹੈਗੀ ਤਾਂ ਕਰਕੇ ਭੁੱਖ ਲੱਗੀ ਖੜੀ ਹੈ ਕਿਵੇਂ ਲੱਗੇ ਵਧੀਆ ਨੇ ਖਾ ਲਓ ਸਾਰੇ ਤੁਸੀਂ ਡੈਡੀ ਟੇਸਟੀ ਮੈਂ ਵੀ ਖਾਣਾ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਪਰ ਲੈ ਆ ਠੀਕ ਆ ਲਓ ਜੀ ਮਾਤਾ ਇਧਰੋਂ ਕਰਕੇ ਆ ਗੋਲੀਆਂ ਗੋਲੀਆਂ ਦਾ ਪਿਆ ਹੈ ਹੈਲੋ ਇਹ ਗੁੰਮ ਹੋਈ ਪਈ ਅੱਜ ਇਹਨੂੰ ਭੁੱਖ ਦੱਬ ਕੇ ਲੱਗੀ ਹੋਈ ਸ਼ਾਇਦ ਕੋਈ ਗੱਲ ਨਹੀਂ ਸੁਣ ਰਹੀ ਆ ਦੇਖੋ ਹਜੇ ਤਾਂ ਖਾਈ ਜਾਂਦਾ ਹਰੀਆਂ ਮਿਰਚਾਂ ਕੁਛ ਨਹੀਂ ਛੱਡਿਆ ਨੇ ਆ ਫਿਨਿਸ਼ ਕਰਕੇ ਮੈਂ ਤੈਨੂੰ ਨਹੀਂ ਛੱਡਿਆ ਤੇ ਹੋਰ ਕਿਸੇ ਨੂੰ ਕੀ ਛੱਡਣਾ ਯਾਰ ਕਮਾਲ ਹੋ ਗਿਆ ਮੈਨੂੰ ਕੀ ਕਰੀ ਜਾਂਦਾ ਸਾਰੇ ਉੱਠ ਚੁੱਕੇ ਨੇ ਆਪੋ ਆਪਦੇ ਜਗ੍ਹਾ ਤੇ ਚਲੇ ਗਏ ਨੇ ਉਹ ਦੇਖੋ ਫੋਨ ਤੇ ਲੱਗ ਰਹੇ ਆ ਦੇਖੋ ਨਵੀ ਕਿਵੇਂ ਤੇ ਲੱਗਾ ਨਵਦੀਪ ਦੱਸੂਗੀ ਪੇਟ ਭਰ ਕੇ ਆ ਮਾਈਕ ਲੈ ਜਾਓ ਸੋ ਜਾਓ ਹੁੰਦੀ ਨਵਦੀਪ ਪੁੱਤੀ ਹੋਲੀਆਂ ਖੇਡ ਰਹੀਆਂ ਸਟਾਰਟ ਹੋ ਰਿਹਾ ਕੰਮ ਸਵੇਰ ਦਾ ਹੀ ਕੀ ਬਣਾ ਰੱਖਾ ਹੈਗਾ ਹਰਮਨ ਸਿਰ ਧੋਣਾ ਪੈਣਾ ਓ ਆਪਣੇ ਆਪ ਹੀ ਵੈਰੀ ਗੁੱਡ ਇਹ ਵੀ ਬਹੁਤ ਚੰਗਾ ਕੋਈ ਨਾਰਾਜ਼ ਨਾ ਹੋਵੇਗਾ ਮੈਂ ਨਾ ਮੇਰੇ ਤੇ ਨਹੀਂ ਮੇਰੇ ਤੇ ਨਹੀਂ 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 ਦੇਖ ਦੇਖ ਆ ਦੇਖ ਆ ਦੇਖ ਇਸ ਜਨਾਬ ਨੇ ਮੇਰੇ ਮੂੰਹ ਰਗ ਦਿਆ ਜਨਾਬ ਨਹੀਂ ਜਨਾਬ ਅਰੇ ਮੈਂ ਮੈਨੂੰ ਬਹੁਤ ਹੋ ਰਿਹਾ ਨਾ ਬਸ ਠੀਕ ਹੈ ਠੀਕ ਹੈ ਲਵਦੀ ਪੋਤਾ ਬਹੁਤ ਹੋ ਰਿਹਾ ਮੈਂ ਤੈਨੂੰ ਆ ਦੇ ਦੀ ਹੁਣ ਹਾਂਜੀ ਮੈਡਮ ਜੀ ਤਿਆਰ ਨੇ ਕਿੱਥੇ ਚਲੀਏ ਕਿੱਥੇ ਸ਼ੋਪਿੰਗ ਕਰਨ ਵਾਸਤੇ ਲੈਣਾ ਕੀ ਹੈ ਹੈ ਸੂਟ ਹਾਂ ਫਿਰ ਜ਼ੋਰ ਦੀ ਬੋਲੋ ਸਮਝ ਜਾਣੀ ਹੈ ਚਲੋ ਠੀਕ ਹੈ ਜੀ ਚਲੋ ਚੱਲਦੇ ਹਾਂ ਅਸੀਂ ਅੱਛਾ ਲੈ ਤਾਂ ਆਈਆਂ ਕੱਪੜੇ ਇੱਕ ਚਾਦਰ ਲਿਆਂਦੀ ਹੈ ਸੂਟ ਲਿਆਂਦੇ ਨੇ ਤਿੰਨ ਚਾਰ ਹਾਂ ਇੱਕ ਨਵਦੀਪ ਦਾ ਦੋ ਮੇਰੇ ਇੱਕ ਚਾਦਰ ਹੁਣ ਹੋ ਗਈ ਸ਼ੋਪਿੰਗ ਹੋਰ ਰਹਿੰਦਾ ਕੁਛ ਬਸ ਚੱਲਦੇ ਆ ਵੇਖਨੇ ਹੁਣ ਕੀ ਬਣਦਾ ਘਰੇ ਜਾ ਚੱਲ ਠੀਕ ਹੈ ਚਲੋ ਫਿਰ ਘਰੇ ਚੱਲਦੇ ਆ ਹੁਣ ਇਹ ਬਿੱਲ ਇਕੱਠਾ ਕਰ ਦਿੱਤਾ ਉਹਨਾਂ ਨੇ ਲਓ ਜੀ ਅਸੀਂ ਆ ਗਏ ਘਰੇ ਜੀ ਸੂਟ ਦੇਖੋ ਮੇਰੇ ਲਓ ਜੀ ਇਹ ਹੈ ਖਰੀਦਦਾਰੀ ਇਹ ਕਹਿੰਦਾ ਕੋਈ ਵੀ ਹੈ ਨਵਦੀਪ ਮੈਂ ਲੈ ਸਕਦੀ ਹਾਂ ਇੱਕ ਆ ਮੇਰਾ ਅੱਛਾ ਪੱਕਾ ਆ ਇੱਕ ਚਾਦਰ ਲਈ ਮੈਂ ਆ ਇੱਕੋ ਰਹਿ ਗਈ ਸੀ ਤਾਂ ਵਿਛਾਉਣ ਵਾਸਤੇ ਕਲਰ ਦੱਸੋ ਕਿਹੜਾ ਸੋਹਣਾ ਹੈ ਆ ਸੋਹਣਾ ਸਾਰੇ ਸੋਹਣੇ ਨੇ ਆ ਯੈਲੋ ਕਲਰ ਦਾ ਨਵਦੀਪ ਵਾਸਤੇ ਹੁਣ ਨਵਦੀਪ ਵੇਖੋ ਕਿਹੜਾ ਪਸੰਦ ਕਰਦੀ ਹੈ ਮੰਮੀ ਨੂੰ ਪੁੱਛੋ ਮੰਮੀ ਕਿਹੜਾ ਸਹੀ ਹੈ ਬਸ ਮਾਈਕ ਦਿਓ ਪਹਿਲਾਂ ਮੰਮੀ ਨੂੰ ਮੰਮੀ ਫਿਰ ਦੱਸੇਗੀ ਕੋਲ ਕਰਦੇ ਹੱਥ ਨਾਲ ਠੀਕ
ਲੋ ਜੀ ਕਿਵੇਂ ਕੀ ਡਿਸਾਈਡ ਹੋਇਆ ਹਾਂ ਡਿਸਾਈਡ ਹੀ ਹੋਇਆ ਮੇਰਾ ਡਿਸਾਈਡ ਆ ਹੋਇਆ ਕਿ ਸਾਈਡ ਵੀ ਮਰੇ ਹੈਂ ਆ ਮੇਰਾ ਅੱਛਾ ਬਾਕੀ ਜਿਹੜੇ ਜਿਹੜੇ ਤੇਰਾ ਕਿਹੜਾ ਹੈ ਹੈ ਤੇਰਾ ਕਿਹੜਾ ਹੈ ਅੱਛਾ ਕਿ ਆ ਨਹੀਂ ਇਹ ਵਾਲਾ ਤੇ ਆ ਯੈਲੋ ਜਾਂ ਆ ਵੀ ਡੀਪ ਯੈਲੋ ਹੈ ਨਾ ਆ ਵਾਲਾ ਇਹਦੇ ਨਾਲ ਨਾ ਮੈਨੂੰ ਪਸੰਦ ਆਇਆ ਦੁਪੱਟਾ ਜਿਹਾ ਸਾਨੂੰ ਲੱਗਿਆ ਤਾਂ ਹੀ ਮੈਂ ਲੈ ਲਿਆ ਸਹੀ ਹੈ ਵਧੀਆ ਠੀਕ ਹੈ ਵਧੀਆ 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 ਚਲੋ ਠੀਕ ਹੈ ਹੁਣ ਆ ਗਿਆ ਪਸੰਦ ਆਇਆ ਇਹਨੂੰ ਵਾਪਸ ਨਹੀਂ ਕਰਨ ਜਾਣਾ ਮੈਡਮ ਸਵੇਰੇ ਹੈ ਪੱਕੀ ਗੱਲ ਹੈ ਨਾ ਹੈ ਚੱਲ ਠੀਕ ਹੈ ਚਲੋ ਕਈ ਵਾਰ ਤਾਂ ਨਾ ਇੱਕ ਵਾਰ ਲਿਆ ਕੇ ਦੂਜੀ ਵਾਰ ਵਾਪਸ ਕਰਨ ਜਾਣੇ ਪੈਂਦੇ ਨਾ ਆ ਰੰਗ ਨਹੀਂ ਪਸੰਦ ਆਇਆ ਤੇ ਆ ਇਸ ਤਰ੍ਹਾਂ ਨਹੀਂ ਹੈ ਤਾਂ ਕਰਕੇ ਚੱਲ ਠੀਕ ਹੁਣ ਤਾਂ ਕਹੀ ਜਾਂਦੀ ਹੈ ਠੀਕ ਹੈ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅਤੇ ਅੱਜ ਦਾ ਵਲੋਗ ਅਸੀਂ ਬਣਾ ਲਿਆ ਅਤੇ ਤੁਸੀਂ ਦੇਖਿਆ ਕਿਵੇਂ ਲੱਗਿਆ ਤੁਹਾਨੂੰ ਜੇ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬਾਕੀ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਜੀ ਅਤੇ ਅੱਜ ਉਹ ਮੰਮੀ ਵੀ ਬੈਠੀ ਸਾਹਮਣੇ ਮੰਮੀ ਅਤੇ ਮਨਜੀਤ ਇਹ ਵੀ ਵਲੋਗ 'ਚ ਅੱਜ ਆਏ ਸੀ ਅਸੀਂ ਕਹਿੰਦੇ ਸਾਹਮਣੇ ਲਿਆਇਆ ਕਰੋ ਇਹਨਾਂ ਨੂੰ ਅਤੇ ਨਾਲ ਰੱਖਿਆ ਕਰੋ ਇਹਦੇ ਮੁੜ ਕੇ ਅੱਗੇ ਤੋਂ ਨਾਲ ਰੱਖਾਂਗੇ ਬਾਕੀ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਡੇ 'ਤੇ ਮੇਰਾ ਕਰੇ ਜੀ ਸਾਡੀ ਬੇਬੇ ਥੋੜ੍ਹੀ ਘੱਟ ਬੋਲਦੀ ਹੈ ਸਾਡਾ ਵਲੋਗ ਚੰਗਾ ਲੱਗਿਆ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੰਦਰੁਸਤੀਆਂ ਬਖਸ਼ੇ ਸੱਚੇ ਪਾਤਸ਼ਾਹ ਬਾਏ